ਸਿਹਤ ਮੰਤਰੀ ਸਾਹਿਬ, ਜਿਹੜੀ ਤੁਹਾਡੀ ਸਟੇਟਮੈਂਟ ਆਈ ਹੈ ਕਿ ਦਿੱਲੀ ਦੇ ਜਿਹੜੇ ਹੈਲਥ ਮਿਨਿਸਟਰ ਨੇ ਉਹ ਮੇਰੇ ਨਾਲ ਦਿੱਲੀ ਦਾ ਜਿਹੜਾ ਹੈਲਥ ਦਾ ਮਾਡਲ ਹੈ ਉਹ ਪੰਜਾਬ ਦੇ ਨਾਲ ਕੰਪੇਅਰ ਕਰਨ ਅਤੇ ਡਿਬੇਟ ਕਰਨ। ਸੋ ਬੜੀ ਚੰਗੀ ਤੁਸੀਂ ਸ਼ੁਰੂਆਤ ਕੀਤੀ, ਅਸੀਂ ਇਹਦਾ ਵੈਲਕਮ ਕਰਦੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਤਾਂ ਚਾਹੁੰਦੀ ਹੈ ਕਿ ਹੋਰ ਮੁੱਦਿਆਂ ਦੇ ਨਾਲ ਨਾਲ ਜਿਹੜੇ ਲੋਕਾਂ ਦੇ ਅਸਲ ਮੁੱਦੇ ਹੈ, ਐਜੂਕੇਸ਼ਨ ਅਤੇ ਹੈਲਥ ਅਤੇ ਇਲੈਕਸ਼ਨ ਦੇ ਵਿੱਚ ਇੰਪੋਰਟੈਂਟ ਜਿਹੜੇ ਮੁੱਦੇ ਆ ਇਹ ਲੋਕਾਂ ਦੇ ਮੁੱਦੇ ਰਹਿਣੇ ਚਾਹੀਦੇ ਆ। ਅਸੀਂ ਦਿੱਲੀ 'ਚ ਵੀ ਐਜੂਕੇਸ਼ਨ ਅਤੇ ਹੈਲਥ ਨੂੰ ਇੰਪੋਰਟੈਂਟ ਮੁੱਦੇ ਬਣਾ ਕੇ ਜਿਹੜੀ ਇਲੈਕਸ਼ਨ ਹੈ ਉਹ ਲੜੀ ਹੈ। ਸੋ ਤੁਸੀਂ ਡਿਬੇਟ ਕਰਨ ਦੀ ਚੁਣੌਤੀ ਦਿੱਤੀ ਹੈ, ਬੜੀ ਚੰਗੀ ਗੱਲ ਹੈ। ਵੈਸੇ ਪੰਜਾਬ ਦੇ ਲੋਕਾਂ ਨੂੰ ਤਾਂ ਪਤਾ ਹੀ ਹੈ ਵੀ ਦਿੱਲੀ ਦੇ ਪੰਜਾਬ ਦੇ ਹੈਲਥ ਮਾਡਲ 'ਚ ਕੀ ਫਰਕ ਹੈ, ਪਰ ਅਸੀਂ ਤੁਸੀਂ ਚੁਣੌਤੀ ਦਿੱਤੀ ਹੈ, ਤੁਹਾਡਾ ਵੈਲਕਮ ਵੀ ਕਰਦੇ ਹਾਂ ਅਤੇ ਨਾਲ ਨਾਲ ਬੇਨਤੀ ਵੀ ਕਰਦੇ ਹਾਂ। ਹੁਣ ਤੁਸੀਂ ਨਾ ਕੋਈ ਬਹਾਨਾ ਲਾ ਕੇ, ਕਿਉਂਕਿ ਪਹਿਲਾਂ ਤੁਹਾਡੇ ਐਜੂਕੇਸ਼ਨ ਮੰਤਰੀ ਵੀ ਚੈਲੇਂਜ ਤਾਂ ਕਰ ਬੈਠੇ, ਮੁੜ ਕੇ ਭੱਜ ਗਏ ਸੀ, ਹੁਣ ਤੁਸੀਂ ਭੱਜਿਓ ਨਾ ਅਤੇ ਨਾ ਕੋਈ ਬਹਾਨਾ ਲਿਓ। ਇਸੇ ਕਰਕੇ ਤੁਹਾਨੂੰ ਖੁੱਲ੍ਹਾ ਸੱਦਾ, ਤੁਸੀਂ ਕੱਲ੍ਹ ਨੂੰ ਇਹ ਨਾ ਕਹੋ ਵੀ ਭਾਈ ਚੈਨਲ ਬਾਇਸ ਸੀ। ਤੁਸੀਂ ਆਪਣੀ ਮਰਜ਼ੀ ਦਾ ਚੈਨਲ ਦੇਖ ਲਓ, ਆਪਣੀ ਮਰਜ਼ੀ ਦਾ ਪੱਤਰਕਾਰ ਦੇਖ ਲਓ ਅਤੇ ਆਪਣੀ ਮਰਜ਼ੀ ਦੀ ਜਗ੍ਹਾ ਦੇਖ ਲਓ ਵੀ ਕਿੱਥੇ ਡਿਬੇਟ ਕਰਨਾ ਚਾਹੁੰਦੇ ਹੋ, ਕਿਉਂਕਿ ਸਾਡੇ ਸਿਹਤ ਮੰਤਰੀ ਵੀ ਅੱਜ ਕੱਲ੍ਹ ਪੰਜਾਬ ਨੇ। ਸੋ ਤੁਸੀਂ ਜਗ੍ਹਾ ਦੱਸ ਦਿਓ, ਅਸੀਂ ਡਿਬੇਟ ਕਰਨ ਲਈ ਰਾਜ਼ੀ ਹਾਂ, ਪਰ ਹੁਣ ਤੁਸੀਂ ਭੱਜਿਓ ਨਾ। ਸਿਹਤ ਮੰਤਰੀ ਸਾਹਿਬ, ਜਿਹੜੀ ਤੁਹਾਡੀ ਸਟੇਟਮੈਂਟ ਆਈ ਹੈ ਕਿ ਦਿੱਲੀ ਦੇ ਜਿਹੜੇ ਹੈਲਥ ਮਿਨਿਸਟਰ ਨੇ ਉਹ ਮੇਰੇ ਨਾਲ ਦਿੱਲੀ ਦਾ ਜਿਹੜਾ ਹੈਲਥ ਦਾ ਮਾਡਲ ਹੈ ਉਹ ਪੰਜਾਬ ਦੇ ਨਾਲ ਕੰਪੇਅਰ ਕਰਨ ਅਤੇ ਡਿਬੇਟ ਕਰਨ, ਸੋ ਬੜੀ ਚੰਗੀ ਤੁਸੀਂ ਸ਼ੁਰੂਆਤ ਕੀਤੀ, ਅਸੀਂ ਇਹਦਾ ਵੈਲਕਮ ਕਰਦੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਤਾਂ ਚਾਹੁੰਦੀ ਹੈ ਕਿ ਹੋਰ ਮੁੱਦਿਆਂ ਦੇ ਨਾਲ ਨਾਲ ਜਿਹੜੇ ਲੋਕਾਂ ਦੇ ਅਸਲ ਮੁੱਦੇ ਹੈ, ਐਜੂਕੇਸ਼ਨ ਅਤੇ ਹੈਲਥ ਅਤੇ ਇਲੈਕਸ਼ਨ ਦੇ ਵਿੱਚ ਇੰਪੋਰਟੈਂਟ ਜਿਹੜੇ ਮੁੱਦੇ ਆ ਇਹ ਲੋਕਾਂ ਦੇ ਮੁੱਦੇ ਰਹਿਣੇ ਚਾਹੀਦੇ ਆ। ਅਸੀਂ ਦਿੱਲੀ 'ਚ ਵੀ ਐਜੂਕੇਸ਼ਨ ਅਤੇ ਹੈਲਥ ਨੂੰ ਇੰਪੋਰਟੈਂਟ ਮੁੱਦੇ ਬਣਾ ਕੇ ਜਿਹੜੀ ਇਲੈਕਸ਼ਨ ਹੈ ਉਹ ਲੜੀ ਹੈ। ਸੋ ਤੁਸੀਂ ਡਿਬੇਟ ਕਰਨ ਦੀ ਚੁਣੌਤੀ ਦਿੱਤੀ ਹੈ, ਬੜੀ ਚੰਗੀ ਗੱਲ ਹੈ। ਵੈਸੇ ਪੰਜਾਬ ਦੇ ਲੋਕਾਂ ਨੂੰ ਤਾਂ ਪਤਾ ਹੀ ਹੈ ਵੀ ਦਿੱਲੀ ਦੇ ਪੰਜਾਬ ਦੇ ਹੈਲਥ ਮਾਡਲ 'ਚ ਕੀ ਫਰਕ ਹੈ, ਪਰ ਅਸੀਂ ਤੁਸੀਂ ਚੁਣੌਤੀ ਦਿੱਤੀ ਹੈ, ਤੁਹਾਡਾ ਵੈਲਕਮ ਵੀ ਕਰਦੇ ਹਾਂ ਅਤੇ ਨਾਲ ਨਾਲ ਬੇਨਤੀ ਵੀ ਕਰਦੇ ਹਾਂ। ਹੁਣ ਤੁਸੀਂ ਨਾ ਕੋਈ ਬਹਾਨਾ ਲਾ ਕੇ, ਕਿਉਂਕਿ ਪਹਿਲਾਂ ਤੁਹਾਡੇ ਐਜੂਕੇਸ਼ਨ ਮੰਤਰੀ ਵੀ ਚੈਲੇਂਜ ਤਾਂ ਕਰ ਬੈਠੇ, ਮੁੜ ਕੇ ਭੱਜ ਗਏ ਸੀ, ਹੁਣ ਤੁਸੀਂ ਭੱਜਿਓ ਨਾ ਅਤੇ ਨਾ ਕੋਈ ਬਹਾਨਾ ਲਿਓ। ਇਸੇ ਕਰਕੇ ਤੁਹਾਨੂੰ ਖੁੱਲ੍ਹਾ ਸੱਦਾ, ਤੁਸੀਂ ਕੱਲ੍ਹ ਨੂੰ ਇਹ ਨਾ ਕਹੋ ਵੀ ਭਾਈ ਚੈਨਲ ਬਾਇਸ ਸੀ। ਤੁਸੀਂ ਆਪਣੀ ਮਰਜ਼ੀ ਦਾ ਚੈਨਲ ਦੇਖ ਲਓ, ਆਪਣੀ ਮਰਜ਼ੀ ਦਾ ਪੱਤਰਕਾਰ ਦੇਖ ਲਓ ਅਤੇ ਆਪਣੀ ਮਰਜ਼ੀ ਦੀ ਜਗ੍ਹਾ ਦੇਖ ਲਓ ਵੀ ਕਿੱਥੇ ਡਿਬੇਟ ਕਰਨਾ ਚਾਹੁੰਦੇ ਹੋ, ਕਿਉਂਕਿ ਸਾਡੇ ਸਿਹਤ ਮੰਤਰੀ ਵੀ ਅੱਜ ਕੱਲ੍ਹ ਪੰਜਾਬ ਨੇ। ਸੋ ਤੁਸੀਂ ਜਗ੍ਹਾ ਦੱਸ ਦਿਓ, ਅਸੀਂ ਡਿਬੇਟ ਕਰਨ ਲਈ ਰਾਜ਼ੀ ਹਾਂ, ਪਰ ਹੁਣ ਤੁਸੀਂ ਭੱਜਿਓ ਨਾ, ਮੇਰੀ ਦੁਬਾਰਾ ਬੇਨਤੀ ਆ ਤੁਹਾਨੂੰ।